ਜੈ ਸ਼ਾਹ ਬਣੇ ICC ਦੇ ਨਵੇਂ ਚੇਅਰਮੈਨ। 1 ਦਸੰਬਰ ਤੋਂ ਸੰਭਾਲਣਗੇ ਕਮਾਨ। ਜੈ ਸ਼ਾਹ ਨੇ ਘੱਟ ਉਮਰ ਦੇ ਵਿੱਚ ਸੰਭਾਲੀ ਇਹ ਜ਼ਿੰਮੇਵਾਰੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ICC ਦੇ ਚੇਅਰਮੈਨ ਬਣ ਗਏ ਹਨ। ਉਹ ICC ਦੇ ਚੇਅਰਮੈਨ ਬਣਨ ਵਾਲੇ ਸਭ ਤੋਂ ਘੱਟ ਉਮਰ ਦੇ ਭਾਰਤੀ ਹਨ। ਜੈ ਸ਼ਾਹ ਨੇ 36 ਸਾਲ ਦੀ ਉਮਰ ਦੇ ਵਿੱਚ ਇਹ ਜ਼ਿੰਮੇਵਾਰੀ ਸੰਭਾਲੀ ਹੈ। ਜੈ ਸ਼ਾਹ ਤੋਂ ਪਹਿਲਾਂ ਭਾਰਤ ਦੇ ਹੋਰ ਦਿਗਜ਼ਾਂ ਨੇ ਇਹ ਅਹੁਦਾ ਸੰਭਾਲਿਆ ਸੀ। ਖਾਸ ਗੱਲ ਇਹ ਹੈ ਕਿ ਜੈ ਸ਼ਾਹ ਨੂੰ ਬਿਨਾਂ ਮੁਕਾਬਲਾ ਚੇਅਰਮੈਨ ਚੁਣ ਲਿਆ ਗਿਆ। ਹੁਣ ਉਹ 1 ਦਸੰਬਰ ਨੂੰ ਅਹੁਦਾ ਸੰਭਾਲਣਗੇ। ਇਸ ਦੇ ਲਈ ਜੈ ਸ਼ਾਹ ਨੂੰ BCCI ਸਕੱਤਰ ਦਾ ਅਹੁਦਾ ਛੱਡਣਾ ਹੋਵੇਗਾ। ICC ਦੇ ਮੌਜੂਦਾ ਚੇਅਰਮੈਨ ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ ਹਨ। ਉਹਨਾਂ ਦਾ ਕਾਰਜਕਾਲ 3 ਨਵੰਬਰ ਨੂੰ ਖਤਮ ਹੋਣ ਜਾ ਰਿਹਾ। ਇਸ ਤੋਂ ਬਾਅਦ ਜੈ ਸ਼ਾਹ ਅਹੁਦਾ ਸੰਭਾਲਣਗੇ। ICC ਨੇ 20 ਅਗਸਤ ਨੂੰ ਇਸ ਸੰਬੰਧੀ ਅਹਿਮ ਜਾਣਕਾਰੀ ਦਿੱਤੀ ਸੀ। ਉਹਨਾਂ ਦੱਸਿਆ ਸੀ ਕਿ ਬਾਰਕਲੇ ਲਗਾਤਾਰ 3ਜੀ ਵਾਰ ਚੇਅਰਮੈਨ ਨਹੀਂ ਰਹਿਣਗੇ। ਉਹ 2020 ਤੋਂ ਇਸ ਅਹੁਦੇ ਤੇ ਸਨ। ਜੈ ਸ਼ਾਹ ਤੋਂ ਪਹਿਲਾਂ 4 ਭਾਰਤੀ ICC ਦੇ ਚੇਅਰਮੈਨ ਰਹਿ ਚੁੱਕੇ ਹਨ। ਜਗਮੋਹਨ ਡਾਲਮੀਆ 1997 ਤੋਂ 2000 ਤੱਕ ICC ਦੇ ਪ੍ਰਧਾਨ ਰਹੇ। ਇਸ ਤੋਂ ਬਾਅਦ ਸ਼ਰਦ ਪਵਾਰ 2010 ਤੋਂ 2012 ਤੱਕ ਰਾਸ਼ਟਰਪਤੀ ਰਹੇ, ਜਦਕਿ 2014 ਤੋਂ 2015 ਦੇ ਵਿੱਚ ਐਨ ਸ਼੍ਰੀਨਿਵਾਸਨ ਚੇਅਰਮੈਨ ਸਨ, ਜਦਕਿ ਸ਼ਸ਼ਾਂਕ ਮਨੋਹਰ 2015 ਤੋਂ 2020 ਤੱਕ ਚੇਅਰਮੈਨ ਸਨ। ਦਰਅਸਲ 2015 ਤੋਂ ਪਹਿਲਾਂ ICC ਮੁਖੀ ਨੂੰ ਪ੍ਰਧਾਨ ਕਿਹਾ ਜਾਂਦਾ ਸੀ, ਪਰ ਇਸ ਤੋਂ ਬਾਅਦ ਉਹਨਾਂ ਨੂੰ ਚੇਅਰਮੈਨ ਕਿਹਾ ਜਾਣ ਲੱਗਾ। ਜੇਕਰ ਜੈ ਸ਼ਾਹ ਦੀ ਗੱਲ ਕਰੀਏ ਤਾਂ ਉਹ ਪਹਿਲੀ ਵਾਰ 2019 ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਬਣੇ। ਇਸ ਤੋਂ ਬਾਅਦ ਉਹਨਾਂ ਨੇ 2022 ਵਿੱਚ ਲਗਾਤਾਰ ਦੂਜੀ ਵਾਰ ਇਹ ਅਹੁਦਾ ਸੰਭਾਲਿਆ। ਜੈ ਸ਼ਾਹ ਨੂੰ ਬਿਨਾਂ ਮੁਕਾਬਲਾ ICC ਚੇਅਰਮੈਨ ਚੁਣਿਆ ਗਿਆ। ਉਸਦੇ ਸਮਰਥਨ ਵਿੱਚ 15 ਮੈਂਬਰ ਸਨ। ICC ਦੇ ਨਿਯਮਾਂ ਤੇ ਨਜ਼ਰ ਮਾਰੀਏ ਤਾਂ ਚੇਅਰਮੈਨ ਦੀ ਚੋਣ 'ਚ 16 ਨਿਰਦੇਸ਼ਕ ਵੋਟ ਕਰਦੇ ਹਨ। ਅਜਿਹੇ 'ਚ 9 ਵੋਟਾਂ ਹਾਸਲ ਕਰਨਾ ਜ਼ਰੂਰੀ ਮੰਨਿਆ ਜਾ ਰਿਹਾ ਹੈ। ਚੇਅਰਮੈਨ ਦੇ ਅਹੁਦੇ ਲਈ 2/3 ਬਹੁਮਤ ਦੀ ਲੋੜ ਹੁੰਦੀ ਹੈ।